ਜਦੋਂ ਤੁਸੀਂ ਡੀਪੀ ਪੁਰੀਏ ਨੂੰ ਬਹੁਤ ਵੱਡੀ ਲੀਡ ਤੇ ਹਰਾਓਗੇ, ਬਹੁਤ ਵੱਡੀ ਲੀਡ ਤੇ ਹਰਾਓਗੇ, ਬਹੁਤ ਵੱਡੀ ਲੀਡ ਤੇ ਹਰਾਓਗੇ। ਆਪਣੇ ਹੀ ਉਮੀਦਵਾਰ ਨੂੰ ਹਰਾਉਣ ਦੀ ਗੱਲ ਕਰ ਰਹੇ ਇਹ ਨੇ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਜੋ ਜਲਾਲਾਬਾਦ ਦੇ ਵਿੱਚ ਅਕਾਲੀ ਉਮੀਦਵਾਰ ਡਾਕਟਰ ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ। ਪਰ ਇਸ ਦੌਰਾਨ ਸਟੇਜ ਤੋਂ ਬੋਲਦਿਆਂ ਜਨਮੇਜਾ ਸਿੰਘ ਸੇਖੋਂ ਦੀ ਜ਼ੁਬਾਨ ਫਿਸਲ ਗਈ, ਜਿਸ ਦੌਰਾਨ ਉਹਨਾਂ ਡਿੱਬੀਪੁਰਾ ਨੂੰ ਹਰਾਉਣ ਦੀ ਗੱਲ ਆਖ ਦਿੱਤੀ। ਤੁਸੀਂ ਵੀ ਸੁਣੋ ਜਨਮੇਜਾ ਸਿੰਘ ਸੇਖੋਂ ਆਪਣੇ ਉਮੀਦਵਾਰ ਲਈ ਸਟੇਜ ਤੋਂ ਕੀ ਬੋਲ ਗਏ। ਜਦੋਂ ਤੁਸੀਂ ਡਿੱਬੀਪੁਰੀਏ ਨੂੰ ਬਹੁਤ ਵੱਡੀ ਲੀਡ ਤੇ ਹਰਾਓਗੇ ਤਾਂ ਜਿਹੜੇ 2 ਸਾਲ ਬਾਅਦ ਇਲੈਕਸ਼ਨ ਆਉਣੇ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਇੱਥੋਂ ਚੋਣ ਲੜੂਗਾ ਅਤੇ ਮੁੱਖ ਮੰਤਰੀ ਦੇ ਰੂਪ 'ਚ ਤੁਹਾਡੇ ਹਲਕੇ 'ਚ ਆਊਗਾ। ਸੋ ਇਹ ਜਿਹੜਾ ਇਲੈਕਸ਼ਨ ਹੈ ਇਹ ਇਕੱਲਾ ਇਹ ਨਾ ਸਮਝ ਲਿਓ ਕਿ ਇਹ ਡਿੱਬੀਪੁਰੀਏ ਦਾ ਇਲੈਕਸ਼ਨ ਹੈ, ਇਸ ਇਲੈਕਸ਼ਨ ਨੇ ਆਉਣ ਵਾਲੇ ਮੁੱਖ ਮੰਤਰੀ ਦਾ, ਆਉਣ ਵਾਲੀ ਸਰਕਾਰ ਦਾ ਮੁੱਢ ਬੰਨਣਾ ਹੈ ਕਿ ਤੁਸੀਂ ਭਾਗਾਂ ਵਾਲੇ ਹੋ ਕਿ ਮੁੱਖ ਮੰਤਰੀ ਤੁਹਾਡੇ ਹਲਕੇ ਦਾ ਬਣਨਾ। ਜ਼ੁਬਾਨ ਫਿਸਲਣ ਤੋਂ ਬਾਅਦ ਜਨਮੇਜਾ ਸਿੰਘ ਸੇਖੋਂ ਨੇ ਆਪਣੀ ਗੱਲ ਨੂੰ ਬਦਲਦਿਆਂ ਅਕਾਲੀ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਨੂੰ ਜਿਤਾਉਣ ਦੀ ਗੱਲ ਆਖੀ। ਫਾਜ਼ਿਲਕਾ ਤੋਂ ਰਣਜੀਤ ਸਿੰਘ, ਦੈਨਿਕ ਸਵੇਰਾ ਟੀਵੀ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।